ਪੰਜਾਬ ਅੰਦਰ ਦਿਨੋਂ ਦਿਨ ਨਸ਼ੇ ਦਾ ਕਾਰੋਬਾਰ ਵੱਧਦਾ ਜਾ ਰਿਹਾ ਹੈ। ਅੱਜ ਦਿਨ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ 'ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਪ੍ਰਣ ਲਿੱਤਾ ਗਿਆ। ਫੈਡਰੇਸ਼ਨ ਪੰਜਾਬ ਦੇ ਛੋਟੇ ਛੋਟੇ ਪਿੰਡਾਂ ਵਿੱਚ ਜਾ ਕੇ ਨਸ਼ੇ ਤੋਂ ਜਾਗਰੂਕ ਕਰਨ ਲਈ ਸੈਮੀਨਾਰ ਲਗਾ ਕੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ। ਇਸ ਦੀ ਸ਼ੁਰੂਆਤ ਉਹਨਾਂ ਅੱਜ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ 75ਵੀਂ ਵਰ੍ਹੇਗੰਢ ਮੌਕੇ ਮੋਗਾ ਦੇ ਬੀਬੀ ਕਾਨ ਕੌਰ ਗੁਰਦੁਆਰਾ ਵਿਖੇ ਰੱਖੇ ਇੱਕ ਸਮਾਗਮ ਤੋਂ ਕੀਤੀ। ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਮੌਜੂਦ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੋੜ ਹੈ। ਫੈਡਰੇਸ਼ਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦੇਵੇਗੀ ਕਿ ਉਹ ਇਸ ਕੰਮ ਵਿੱਚ ਉਹਨਾਂ ਦਾ ਸਾਥ ਦੇਣ। ਅੱਜ ਕਰਵਾਏ ਗਏ ਸਮਾਗਮ ਵਿੱਚ ਅਕਾਲੀ ਦਲ ਬਾਦਲ ਅਤੇ ਹੋਰ ਪਾਰਟੀਆਂ ਦੇ ਅਹੁਦੇਦਾਰ ਵੀ ਪੁੱਜੇ। ਉਹਨਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਲਗਾ ਕੇ ਨਸ਼ੇ ਤੋਂ ਜਾਗਰੂਕ ਕਰਨਗੇ। ਇਹ ਨਸ਼ਾ ਮਾਨਵਤਾ ਨੂੰ ਡੰਗ ਮਾਰ ਗਿਆ। ਬਲੈਕ ਲਿਸਟ ਦੀ ਸੂਚੀ ਵਿੱਚੋਂ 312 ਸਿੱਖਾਂ ਨੂੰ ਬਾਹਰ ਕੱਢਣ ਦੇ ਉਹਨਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਸਿੱਖਾਂ ਨੂੰ ਭਾਰਤ ਵਿੱਚ ਆਉਣ ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਫੜਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਸੇ ਹੱਦ ਤੱਕ ਮੌਜੂਦਾ ਸਰਕਾਰ ਨੂੰ ਵੀ ਨਸ਼ੇ ਦੇ ਵੱਧ ਰਹੇ ਰੁਝਾਨ ਬਾਰੇ ਜ਼ਿੰਮੇਵਾਰ ਦੱਸਿਆ। ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ 75 ਸਾਲ ਪੂਰੇ ਹੋਣ 'ਤੇ ਉਸੇ ਤਰ੍ਹਾਂ ਹੀ ਜਥੇਬੰਦੀ ਦਾ ਸਥਾਪਨਾ ਦਿਵਸ ਮਨਾਇਆ ਜਿਵੇਂ 1996 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਥਾਪਨਾ ਦਿਵਸ ਮਨਾਇਆ ਸੀ। ਲੇਕਿਨ ਉਹਨਾਂ ਨੇ ਜਦੋਂ ਸਥਾਪਨਾ ਦਿਵਸ ਮਨਾਇਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਤੋਂ ਭਟਕ ਗਏ ਸਨ। ਲੇਕਿਨ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਮੁੜ ਤੋਂ ਸਰਵਾਈਵ ਕਰਨ ਵਾਸਤੇ ਇੱਕ ਪ੍ਰਣ ਲਿਆ। ਸਾਰੇ ਫੈਡਰੇਸ਼ਨ ਦੇ ਪੁਰਾਣੇ ਅਹੁਦੇਦਾਰ ਪ੍ਰਧਾਨ ਅਤੇ ਸਮਰਥਕ ਸਾਰੇ ਇੱਥੇ ਪਹੁੰਚੇ ਨੇ ਅਤੇ ਅਸੀਂ ਤਹੱਈਆ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਉਸ ਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪ੍ਰਣ ਲਿਆ ਕਿ ਪੰਜਾਬ ਦੇ 12,800 ਦੇ ਗਰੀਬ ਪਿੰਡਾਂ ਦੇ ਵਿੱਚ ਜਾਵਾਂਗੇ ਔਰ ਸਭਾ ਸੁਸਾਇਟੀਆਂ ਨਾਲ, ਪੰਚਾਇਤਾਂ ਨਾਲ, ਯੂਥ ਕਲੱਬਾਂ ਦੇ ਨਾਲ ਔਰ ਈਵਨ ਸਰਕਾਰਾਂ ਦੇ ਨਾਲ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨਾਂ ਨੂੰ ਸੱਦਾ ਦਿਆਂਗੇ ਕਿ ਇਹ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਤੁਸੀਂ ਸਾਡਾ ਸਾਥ ਦਿਓ। ਇਹਦੇ ਵਿੱਚ ਅੱਜ ਕੋਈ ਵੀ ਜਥੇਬੰਦੀ ਬਾਕੀ ਨਹੀਂ ਰਹੀ। ਹਰ ਜਥੇਬੰਦੀ ਨੇ ਇਹਦੇ ਵਿੱਚ ਹਾਜ਼ਰੀ ਭਰੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਅਲੱਗ ਅਲੱਗ ਧੜੇ ਨੇ, ਈਵਨ ਆਮ ਆਦਮੀ ਪਾਰਟੀ ਦੇ ਵੀ, ਲੋਕ ਇਨਸਾਫ ਪਾਰਟੀ ਦੇ ਵੀ ਔਰ ਪੰਜਾਬੀ ਏਕਤਾ ਪਾਰਟੀ ਦੇ ਵੀ, ਈਵਨ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੀ ਜਿਹੜੇ ਚੰਗੇ ਨੇਤਾ ਨੇ ਉਹ ਵੀ ਇੱਥੇ ਅੱਜ ਪਹੁੰਚੇ ਨੇ ਔਰ ਅਸੀਂ ਸਾਰਿਆਂ ਨੂੰ ਇਹੋ ਹੀ ਬੇਨਤੀ ਕੀਤੀ ਹੈ ਕਿ ਨਸ਼ਾ ਮੁਕਤ ਪੰਜਾਬ ਇਹ ਨਾਰਾ ਜਿਹੜਾ ਇਹ ਇਕੱਲਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਹੀਂ, ਇਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਸੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਅਸੀਂ ਜਿਹੜਾ ਇੱਕ ਆਵਾਜ਼ ਬੁਲੰਦ ਕਰਨੀ ਹੈ, ਉਸ ਲਈ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਅਸੀਂ ਸੈਮੀਨਾਰ ਵੀ ਕਰਾਂਗੇ, ਗੁਰਮਤਿ ਕੈਂਪ ਵੀ ਲਾਵਾਂਗੇ ਔਰ ਸਭਾ ਸੁਸਾਇਟੀਆਂ ਦੇ ਕੋਲ ਜਾ ਕੇ ਉਹਨਾਂ ਨਾਲ ਤਾਲਮੇਲ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਇਹ ਜਿਹੜਾ ਪ੍ਰਣ ਲਿਆ ਹੈ ਉਹਦੇ 'ਤੇ ਪਹਿਰਾ ਦਿਆਂਗੇ। ਇਹ ਜਿਹੜਾ ਨਸ਼ਾ ਹੈ ਇਕੱਲਾ ਸਿੱਖਾਂ ਨੂੰ ਨਹੀਂ ਡੰਗ ਰਿਹਾ, ਪੰਜਾਬੀਆਂ ਨੂੰ ਨਹੀਂ ਡੰਗ ਰਿਹਾ, ਹਿੰਦੂਆਂ ਨੂੰ ਨਹੀਂ ਡੰਗ ਰਿਹਾ, ਮੁਸਲਮਾਨਾਂ ਨੂੰ ਨਹੀਂ, ਇਹ ਮਾਨਵਤਾ ਨੂੰ ਡੰਗ ਰਿਹਾ। ਸੋ ਮਾਨਵਤਾ ਦੇ ਭਲੇ ਲਈ ਸਾਰੇ ਧਰਮਾਂ ਨੂੰ ਇਕੱਠੇ ਹੋ ਕੇ ਸਾਡਾ ਸਾਥ ਦੇ ਸਵਾਗਤ ਕਰਦੇ ਹਾਂ ਕਿ ਕੇਂਦਰ ਸਰਕਾਰ ਨਾਲ ਅਸੀਂ ਇਹ ਲੋੜਾ ਟਕਰਾ ਨਹੀਂ ਚਾਹੁੰਦੇ। ਕੇਂਦਰ ਸਰਕਾਰ ਨੂੰ ਚਾਹੀਦਾ ਕਿ ਸਿੱਖ ਕੌਮ ਦੀ ਨਬਜ਼ ਨੂੰ ਪਛਾਣੇ। ਸਿੱਖ ਕੌਮ ਨੇ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ। ਅੱਜ ਸਾਡੇ ਨਾਲ ਜੇ ਧੱਕਾ ਹੁੰਦਾ ਜੋ ਪਿਛਲੇ ਲੰਬੇ ਸਮੇਂ ਤੋਂ ਹੁੰਦਾ ਆਇਆ ਤਾਂ ਅਸੀਂ ਸਰਕਾਰਾਂ ਨਾਲ ਲੜਦੇ ਰਹੇ ਹਾਂ ਅਤੇ ਮੌਜੂਦਾ ਸਮੇਂ ਵਿੱਚ ਲੜਾਂਗੇ। ਇਹ ਬੜੀ ਚੰਗੀ ਗੱਲ ਹੈ 550 ਸਾਲਾ ਪ੍ਰਕਾਸ਼ ਪੁਰਬ 'ਤੇ, ਪਰ ਇਹ ਵੀ ਨਾਲ ਹੈ ਕਿ ਉਹ ਭਾਰਤ ਆਉਣ 'ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਏਅਰਪੋਰਟ 'ਤੇ, ਇਸ ਤੋਂ ਬਾਅਦ ਗੱਲ ਵੀ ਨਹੀਂ ਹੋਵੇਗੀ। ਸੋ ਉਹਨਾਂ ਨੂੰ
ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ। ਧਰਮ ਪਰਿਵਰਤਨ ਦੀਆਂ ਜਿਹੜੀਆਂ ਸਮੱਸਿਆਵਾਂ ਖੜੀਆਂ ਹੋਈਆਂ ਉਹਦੇ ਉੱਤੇ ਵੀ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ। ਔਰ ਪਾਕਿਸਤਾਨ ਗੌਰਮੈਂਟ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ 550 ਸਾਲਾਂ ਪ੍ਰਕਾਸ਼ ਪੁਰਬ 'ਤੇ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਕਰਤਾਰਪੁਰ ਸਾਹਿਬ ਲਾਂਘੇ ਲਈ ਚੰਗੇ ਕੰਮ ਕੀਤੇ ਆ, ਉੱਥੇ ਧਰਮ ਪਰਿਵਰਤਨ ਨੂੰ ਵੀ ਰੋਕਿਆ ਜਾਵੇ ਜਿਹੜਾ ਪਾਕਿਸਤਾਨ ਦੇ ਵਿੱਚ ਕੀਤਾ ਜਾ ਰਿਹਾ। ਉਹਨੂੰ 312 ਸਿੱਖਾਂ ਨੂੰ ਭਾਰਤ ਦਾ ਵੀਜ਼ਾ ਵੀ ਮਿਲ ਸਕੇਗਾ? ਬਿਲਕੁਲ ਜੀ, ਜੇ ਉਹਨਾਂ ਨੂੰ ਮਿਲਦਾ ਹੈ ਤਾਂ ਅਸੀਂ ਉਹਨਾਂ ਦੇ ਸਵਾਗਤ ਲਈ ਕਰਨੈਲ ਜੀ ਤੁਹਾਨੂੰ ਲੱਗਦਾ ਪਿਛਲੇ ਕੁਝ ਸਾਲਾਂ ਤੋਂ ਪੰਜਾਬ 'ਚ ਨਸ਼ਾ ਵਧਿਆ ਹੈਗਾ, ਸਰਕਾਰ ਕਿੱਥੇ ਕੁ ਸਟੈਂਡ ਕਰਦੀ ਹੈ? ਬਿਲਕੁਲ, ਇਹ ਸਰਕਾਰ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ, ਇਹ ਇੱਕ ਘਟਾਉਣਾ ਤਬਾਹ ਹੈ ਉਹਨਾਂ ਲੀਡਰਾਂ ਦੇ ਉੱਤੇ ਜਿਹੜੇ ਨਸ਼ੇ ਦੇ ਵਿੱਚ ਇਨਵੋਲਵ ਨੇ, ਅਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਪੈਸਾ ਇਕੱਠਾ ਕਰਨ ਵਾਸਤੇ ਜਾਂ ਸਿਆਸਤ 'ਚ ਮੁਕਾਉਣ ਵਾਸਤੇ ਇਹ ਜਿਹੜੀ ਚਿੱਟੇ ਦੀ ਵਰਤੋਂ ਕਰਕੇ ਸਾਡੇ ਯੂਥ ਨੂੰ ਤਬਾਹ ਕਰਨਾ ਚਾਹੁੰਦੇ ਆ। ਇੱਕ ਦਿਨ ਉਹਨਾਂ ਨੂੰ ਇਸ ਚੀਜ਼ ਦਾ ਜਵਾਬ ਦੇਣਾ ਪਵੇਗਾ। ਆਵਾਜ਼ੇ ਕੰਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।